ਜਿਹੜੇ ਲੋਕ ਬਾਹਰੋਂ ਜਿੱਦਾਂ ਆਉਂਦੇ ਆ ਉਹ ਹੋਟਲ ਵਗੈਰਾ ਲੈਂਦੇ ਆ ਚਲੋ ਅਸੀਂ ਜਿੱਥੇ ਲੋਕ ਆਪਣੀ ਪਸ਼ੀਨਾ ਆ ਜਿੱਦਾਂ ਨਹਾਉਣ ਲਈ ਸਵੀਮਿੰਗ ਪੂਲ ਅਤੇ ਆਪਣੇ ਹੁਣ ਇਹ ਸਾਰੇ ਬਣਦੇ ਆ ਕਿਉਂਕਿ ਸਿਆਲ ਆ ਜਦੋਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੁੰਦਾ ਅਤੇ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਬਣੀ ਹੋਈ ਆ ਲਾਗੋ ਦੀ ਘਾਰ ਦਾ ਇੱਕ ਜਿੱਦਾਂ ਨਕਸ਼ੇ 'ਤੇ ਤੁਸੀਂ ਦੇਖੋਗੇ ਇੱਕ ਹਾਰ ਦੀ ਤਰ੍ਹਾਂ ਆ ਅਤੇ ਕਾਫੀ ਵੱਡੀ ਆ ਪਹਾੜਾਂ ਦੇ ਵਿੱਚ ਘਿਰੀ ਹੋਈ ਆ ਅਸੀਂ ਇੱਕ ਅੱਜ ਜਾਣੀ ਸ਼ੁਰੂਆਤ ਕੀਤੀ ਇੱਕ ਛੋਟਾ ਜਿਹਾ ਇਹ ਪੀਸ ਆ ਇੱਕ ਸਾਈਡ ਆ ਉਹ ਵੀ ਛੋਟੀ ਜਿਹੀ ਅਤੇ ਜਿੱਦਾਂ ਦਿਨ ਪ ਦਿਨ ਹੁਣ ਜਿੱਦਾਂ ਅਸੀਂ ਜਾਵਾਂਗੇ ਤਾਂ ਤੁਹਾਨੂੰ ਇਹ ਸਾਰੀ ਦਿਖਾ ਲਾਂਗੇ ਤਕਰੀਬਨ ਜਿਵੇਂ ਜਿਵੇਂ ਗਰਮੀਆਂ ਆਈ ਜਾਂਦੀਆਂ ਇਹਨਾਂ ਨੂੰ ਝੀਲਾਂ ਨੂੰ ਦੇਖਣ ਦਾ ਨਜ਼ਾਰਾ ਬਹੁਤ ਹੀ ਵੱਖਰਾ ਆ ਅਜੇ ਸਿਆਲ ਕਰਕੇ ਥੋੜ੍ਹੀ ਜਿਹੀ ਟੂਰਿਸਟ ਘੱਟ ਆ ਆਹ ਤਾਂ ਲੋਕਲ ਲੋਕ ਹੀ ਆ ਜਿੱਦਾਂ ਜਿਹੜੇ ਜ਼ਿਆਦਾਤਰ ਆ ਅਤੇ ਬਹੁਤ ਜਿੱਦਾਂ ਰਸ਼ ਹੁੰਦਾ ਆਪਣੇ ਗਰਮੀਆਂ ਦਾ ਉਹ ਸਾਰੀਆਂ ਜਿੱਦਾਂ ਕਿਸ਼ਤੀਆਂ ਹੋਣੇ ਹੀ ਰੱਖੀਆਂ ਤਾਂ ਤਰਪਾਲ ਪਾਈ ਹੋਈ ਆ ਜਦੋਂ ਜਿਵੇਂ ਜਿਵੇਂ ਗਰਮੀਆਂ ਦਾ ਮੌਸਮ ਆ ਜਾਣਾ ਹੀ ਸਾਨੂੰ ਇੱਧਰ ਲੈ ਆਉਂਦੀਆਂ ਹੁਣ ਅਸੀਂ ਹਜੇ ਜਨਵਰੀ ਦਾ ਮਹੀਨਾ ਕਰਕੇ ਜਿੱਦਾਂ ਠੰਡ ਕਰਕੇ ਥੋੜ੍ਹਾ ਰਸ਼ ਘੱਟ ਗਿਆ ਅਤੇ ਜਿੱਦਾਂ ਜਿੱਦਾਂ ਹੁਣ ਗਰਮੀ ਆਊਗੀ ਅਸੀਂ ਫਿਰ ਵੀ ਇੱਧਰ ਨੂੰ ਆਵਾਂਗੇ ਅਸੀਂ ਆਉਂਦੇ ਹੀ ਰਹਿੰਦੇ ਹਾਂ ਅਤੇ ਹੁਣ ਤੁਹਾਨੂੰ ਹਰ ਗਾੜੀ ਜਦੋਂ ਆਵਾਂਗੇ ਕੁਛ ਨਾ ਕੁਛ ਨਵਾਂ ਦਿਖਾ ਲਾਂਗੇ ਪਹੁੰਚ ਗਿਆ ਕਿਸ਼ਤੀਆਂ ਦੇ ਵਿੱਚ ਇਹਨਾਂ ਦਾ ਹੀ ਹੈ ਉੱਧਰ ਤੱਕ ਜਿੱਦਾਂ ਚੜ੍ਹਨੇ ਵੀ ਬਣਾਇਆ ਹੋਇਆ ਪਰੇ ਪੌੜੀ ਜੀ ਹੈ ਹੁਣ ਹਜੇ ਇਹ ਬੰਦ ਆ ਬਹੁਤ ਰਾਜ ਭੀੜ ਹੁੰਦੀ ਹੈ ਬਹੁਤ ਲੋਕਾਂ ਦੀ ਕਿਸ਼ਤੀਆਂ ਵੀ ਬਹੁਤ ਹੁੰਦੀਆਂ ਸਾਰੀਆਂ ਕਿਸ਼ਤੀਆਂ
ਕਿਸ਼ਤੀਆਂ ਇੱਥੇ ਉਤਾਰਨ ਲਈ ਕਿਸ਼ਤੀ ਵੀ ਖੜੀ ਹੈ ਔਰ ਇੱਥੇ ਵੀ ਜਿੱਦਾਂ ਨਵੀਆਂ ਜਿਹੜੀਆਂ ਉਹ ਜਿਹਦੇ ਵਿੱਚ ਵੀ ਉਤਾਰ ਕੇ ਤਲੇ ਉੱਪਰ ਆਇਆ ਜੀ ਜਿਹੜੇ ਬੋਰਡ ਲੱਗੇ ਹੋਏ ਆ ਨਾ ਇਹ ਜਿੱਦਾਂ ਝੀਲ ਜਿੱਥੇ ਫੈਲੀ ਹੋਈ ਆ ਉਹ ਹੈ ਦੇਖੋ ਆਪਾਂ ਇਹ ਪਹਿਲੇ ਨੰਬਰ 'ਤੇ ਮਨੀਰਬਾ ਇਹ ਸਾਰੇ ਜਿੱਦਾਂ ਇਸ ਲਾਗੋ ਨੂੰ ਜਿੱਦਾਂ ਇਸ ਝੀਲ ਨੂੰ ਲੱਗਦੇ ਆ ਸਾਰਾ ਏਰੀਆ ਆਹ ਵੀ ਉਹੀ ਆ ਬੋਟਾਂ ਦਾ ਹੀ ਆ ਤੁਹਾਨੂੰ ਦੂਜੇ ਪਾਸੇ ਦਿਖਾਉਣਾ ਇਹ ਵੀ ਬੋਟਸ ਦੇ ਲਈ ਆ ਏਰੀਆ ਸਾਰਾ ਗਰਮੀਆਂ ਨੂੰ ਜਿੱਦਾਂ ਇਹ ਬੋਟਾਂ ਦਾ ਜਿਹੜਾ ਕੰਮ ਬਹੁਤ ਹੈ ਟੂਰਿਸਟ ਜਿਹੜੇ ਲੋਕ ਜਿੱਦਾਂ ਸਮਤਲ ਜ਼ਮੀਨ 'ਤੇ ਰਹਿੰਦੇ ਜਿੱਥੇ ਝੀਲਾਂ ਨਹੀਂ ਹੈਗੀਆਂ ਉਹ ਲੋਕ ਜ਼ਿਆਦਾ ਇਹਨਾਂ ਜਗ੍ਹਾ 'ਤੇ ਹੁੰਦੇ ਆ ਅਤੇ ਆਪਣਾ